ਮੈਂ ਨਾ ਤੁਹਾਨੂੰ ਇੱਕ ਮੱਖਣ ਬਰਾੜ ਦੀ ਲਿਖੀ ਹੋਈ ਕਿਰਤਾ ਸੁਣਾਉਣਾ। ਉਹਨੇ ਕਾਫੀ ਵਧੀਆ ਲੇਖਕ ਆ, ਉਹਨੇ ਗੁਰਦਾਸ ਮਾਨ ਨੂੰ ਵੀ ਲਿਖ ਕੇ ਦਿੱਤੇ ਹੋਏ ਆ ਕਈ ਗੀਤ। ਉਹ ਕਹਿੰਦਾ, ਚਿੱਟੀ ਮੂਲੀ ਲਾਲ ਟਮਾਟਰ ਹਰੇ ਰੰਗ ਦੇ ਖੀਰੇ, ਇਸ ਧਰਤੀ ਚੋਂ ਤੇਲ ਨਿਕਲਦਾ ਸੋਨਾ ਚਾਂਦੀ ਹੀਰੇ, ਤਿੰਨ ਤਿੰਨ ਫਸਲਾਂ ਕੱਢ ਕੇ ਮਿੱਤਰਾ ਪੂਰੇ ਕਰਦਾ ਖਰਚੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸੁਬਹਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਨਹੀਂ ਆਉਂਦੀ ਮੱਤ, ਜੇ ਇਹਦੇ ਤੇ ਅਸਰ ਨਹੀਂ ਕਰਨਾ ਕਿਉਂ ਉੱਠ ਖੜਦਾ ਤੜਕੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ, ਪੰਜ ਪੰਜ ਬੋਰੀਆਂ ਰੇਹ ਚੁੱਕ ਕੇ ਇੱਕ ਏਕੜ ਵਿੱਚ ਪਾਈ, ਕੀੜੇ ਮਾਰ ਦਵਾਈਆਂ ਛਿੜਕੇ ਆਪੇ ਜਾਨਾ ਖਾਈ, ਸਭ ਤੋਂ ਵੱਧ ਪੰਜਾਬ 'ਚ ਕੈਂਸਰ ਵੇਖ ਕਿਤਾਬਾਂ ਪੜ੍ਹ ਕੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ, ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਰਲਾਤਾ, ਆਪਣੇ ਹੱਥੀ ਮੌਤ ਬੁਲਾਈ ਕੀ ਕਰੂਗਾ ਦਾਤਾ, ਇਹ ਗੱਲਾਂ ਤੇ ਧਿਆਨ ਧਰੇ ਤਾਂ ਕਿਉਂ ਨਾ ਹੋਣੀ ਵਰਤੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ, ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ, ਮੱਖਣ ਬਰਾੜਾ ਹੁਣ ਨਹੀਂ ਲੱਭਣਾ ਜੋ ਪਾਣੀ ਸੀ ਨੀਲਾ, ਹਵਾ ਨੂੰ ਜਿਹੜੇ ਸਾਫ਼ ਸੀ ਕਰਦੇ ਦਰਖਤ ਵੀ ਵੱਢ ਕੇ ਧਰਤੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ, ਉਹ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ। ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ।